ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਪੰਜਾਬ ਡੀਸੀ ਦਫਤਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਜੀ ਆਊਟ ਕਰ ਦਿੱਤਾ ਗਿਆ ਬਿਲਕੁਲ ਡਾਇਰੈਕਟ ਰਿਕਰੂਟਮੈਂਟ ਹੈ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਤੁਸੀਂ ਕਿਤੋਂ ਵੀ ਹੋ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਲੋਕੇਸ਼ਨ ਵੀ ਪੰਜਾਬ ਹੀ ਰਹਿਣ ਵਾਲੀ ਹੈ ਤਨਖਾਹ 22000 ਤੁਹਾਡੀ ਇਹਦੇ ਵਿੱਚ ਰਹੇਗੀ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ ਕੌਣ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਹੋਰ ਵੀ ਕਈ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ ਸੋ ਅੱਜ ਜਿਹੜੀ ਅਸੀਂ ਗੱਲ ਕਰਨ ਵਾਲੇ ਆ ਜੀ ਡੀਸੀ ਆਫਿਸ ਦੇ ਵਿੱਚ ਨਿਕਲਣ ਵਾਲੀਆਂ ਭਰਤੀਆਂ ਦੇ ਬਾਰੇ ਵਿੱਚ ਜਿਹੜੀ ਅਪਕਮਿੰਗ ਵੈਕੈਂਸੀਸ ਨੇ ਠੀਕ ਹੈ ਜੀ ਹੁਣ ਕਾਫੀ ਸਾਰੇ ਕੈਂਡੀਡੇਟ ਕਹਿੰਗੇ ਕਿ ਤੁਸੀਂ ਕਹ ਰਹੇ ਹੋ ਭਰਤੀ ਆ ਗਈ ਲੇਕਿਨ ਡੀਸੀ ਆਫਿਸਿਸ ਦੇ ਵਿੱਚ ਕਿਹੜੀਆਂ ਕਿਹੜੀਆਂ ਵੈਕੈਂਸੀਸ ਜਿਹੜੀਆਂ ਨੇ ਐਡ ਹੌਕ ਬੇਸਿਸ ਤੇ ਹੁੰਦੀਆਂ ਨੇ ਔਰ ਇਨ ਫਿਊਚਰ ਜਿਹੜੀਆਂ ਵੈਕੈਂਸੀਸ ਦੇ ਲਈ ਤੁਸੀਂ ਪਰਮਾਨੈਂਟਲ ਦੇ ਲਈ ਵੀ ਜਾ ਸਕਦੇ ਹੋ ਜੇ ਤੁਸੀਂ ਉਹਨਾਂ ਵੈਕੈਂਸੀਸ ਕੰਮ ਕਰ ਰਹੇ ਹੁੰਦੇ ਹੋ ਤਾਂ ਜਿੱਦਾਂ ਅਗਰ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਾਂ ਤਾਂ ਬਹੁਤ ਸਾਰੇ ਕੋਰਸ ਦੇ ਵਿੱਚ ਜਿਹੜੀਆਂ ਨੇ ਡੀਸੀ ਰੇਟਸ ਦੇ ਉੱਪਰ ਜਿਹੜੀਆਂ ਵੈ ਵੀਡੀਓ ਰਹਿੰਦੀ ਹੈ ਠੀਕ ਹੈ ਜੀ ਇਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪੋਸਟ ਜਿਹੜੀ ਹੁੰਦੀ ਹੈ ਜੀ ਉਹ ਹੈਗੀ ਹੈ ਕਲਰਕ ਦੀ ਠੀਕ ਹੈ ਜੀ ਕਲਰਕ ਦੀਆਂ ਪੋਸਟਾਂ ਦੇ ਲਈ ਵੈਕੈਂਸੀਜ਼ ਜਿਹੜੀਆਂ ਨੇ ਪਿੱਛੇ ਜੇ ਮਾਨਸਾ ਦੇ ਲਈ ਆਈਆਂ ਸੀ ਕਿ ਡਿਸਟ੍ਰਿਕਟ ਕੋਰਟ ਦੇ ਲਈ ਜਿਹੜੀਆਂ ਕਿ ਡੀਸੀ ਆਫਿਸ ਦੇ ਵਿੱਚੋਂ ਨਿਕਲੀਆਂ ਸੀ ਸੈਕਿੰਡ ਦੀ ਗੱਲ ਕਰਾਂ ਤਾਂ ਇੱਥੇ ਕਾਉਂਸਲਰ ਦੀਆਂ ਵੈਕੈਂਸੀਜ਼ ਹੁੰਦੀਆਂ ਨੇ ਠੀਕ ਹੈ ਜੀ ਔਰ ਇਸੇ ਦੇ ਨਾਲ ਥਰਡ ਜਿਹੜੀਆਂ ਨੇ ਉਹ ਹੈਗੇ ਨੇ ਲਿਫਟ ਆਪਰੇਟਰ ਦੀਆਂ ਠੀਕ ਹੈ ਜੀ ਇਹ ਵੈਕੈਂਸੀਜ਼ ਨੇ ਜਿਹੜੀਆਂ ਕਿ ਆndੀਆਂ ਨੇ ਬੇਸਿਕਲੀ ਨਿਕਲਦੀਆਂ ਨੇ ਦੀ ਗਰੁੱਪ ਡੀ ਦੀਆਂ ਵੀ ਵੈਕੈਂਸੀ ਜਿਨ੍ਹਾਂ ਨੂੰ ਆਪੋ ਕਹਿ ਦਿੰਦੇ ਹਾਂ ਠੀਕ ਹੈ ਜੀ ਪੀ ਐਨ ਦੀਆਂ ਉਹ ਵੀ ਇੱਥੇ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਪੀ ਐਨ ਦੀਆਂ ਵੈਕੈਂਸੀ ਜਿਨ੍ਹਾਂ ਦੇ ਲਈ ਭ ਅੰਮ੍ਰਿਤਸਰ ਲਈ ਵੀ ਹੁੰਦੀ ਲਈ ਧਿਆਣਾ ਵੀ ਹੁੰਦੀ ਹੈ ਬਠਿੰਡਾ ਸਾਰਿਆਂ ਦੇ ਲਈ ਹੁੰਦੀ ਹੈ ਕਲਰਕ ਦੇ ਲਈ ਤੁਹਾਨੂੰ ਪਤਾ ਹੈ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਠੀਕ ਹੈ ਜੀ ਕਿ ਲਿਫਟ অপারেਟਰ ਦੇ ਲਈ 10th ਪਲੱਸ ਆਈਟੀ ਹੈ ਠੀਕ ਹੈ ਜੀ ਇਸੇ ਦੇ ਨਾਲ ਕਾਉਂਸਲਰ ਦੀ ਗ੍ਰੈਜੂਏਸ਼ਨ ਵਾਲੇ ਪੀਐਨ ਦੇ ਲਈ ਜਿਹੜੇ ਨੇ 8ਵੀਂ 10ਵੀਂ 12ਵੀਂ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਹੁਣ ਬੇਸਿਕਲੀ ਗੱਲ ਆਉਂਦੀ ਹੈ ਕਿ ਇਹ ਵੈਕੈਂਸੀਜ਼ ਦੇ ਲਈ ਤੁਹਾਡੀ ਹਾਇਰਿੰਗ ਹੋਵੇਗੀ ਕਿਦਾਂ ਠੀਕ ਹੈ ਜੀ ਮਤਲਬ ਕੀ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਇਹਦੇ ਵਿੱਚ ਰਹੇਗਾ ਤੇ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਇੱ ਉਸ ਤੋਂ ਬਾਅਦ ਇੱਥੇ ਤੁਹਾਡਾ ਇੰਟਰਵਿਊ ਵੀ ਹੁੰਦਾ ਹੈ ਤੇ ਟਾਈਪਿੰਗ ਟੈਸਟ ਵੀ ਹੁੰਦਾ ਠੀਕ ਹੈ ਜੀ ਔਰ ਸੈਕੰਡ ਤੁਹਾਡਾ ਜਿਹੜਾ ਹੈ ਨਾ ਕਾਉਂਸਲਰ ਦੇ ਲਈ ਕਾਉਂਸਲਰ ਦੇ ਲਈ ਰਿਟਨ ਟੈਸਟ ਤਾਂ ਹੁੰਦਾ ਹੀ ਹੁੰਦਾ ਹੈ ਪਲੱਸ ਇਹਦੇ ਨਾਲ ਤੁਹਾਡੀ ਇੰਟਰਵਿਊ ਵੀ ਹੁੰਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਉਂਦੀ ਹੈ ਪੀ ਆਂਦੀ ਹੈ ਬੀਐਨ ਦੀਆਂ ਤੇ ਲਿਫਟ ਆਪਰੇਟਰ ਦੀਆਂ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਦੋਨੋਂ ਵੈਕੈਂਸੀਜ਼ ਦੇ ਲਈ ਇੰਟਰਵਿਊ ਹੁੰਦੀ ਹੈ ਜੀ ਔਰ ਬਹੁਤ ਰੇਅਰ ਚਾਂਸਿਸ ਨੇ ਇਹਨਾਂ ਲਈ ਰਿਟਨ ਐਗਜ਼ਾਮ ਹੋਵੇ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਜੀ ਸਟਾਰਟਿੰਗ ਸੈਲਰੀ 19900 ਰਹਿੰਦੀ ਹੈ ਤੇ ਕਲਰਕ ਦੀਆਂ ਵੈਕੈਂਸੀਜ਼ ਦੇ ਲਈ ਵੀ ਤੁਹਾਡੀ ਜਿਹੜੀ ਹੈ 24000 ਦੇ ਅਪਰੋਕਸ ਵੈਕੈਂਸੀਜ਼ ਜਿਹੜੀਆਂ ਨੇ 24000 ਦੇ ਅਪਰੋਕਸ ਸੈਲਰੀ ਹੈ ਉਹ ਇਸ ਦੇ ਵਿੱਚ ਰਹਿੰਦੀ ਹੈ ਔਰ ਇਸ ਦੇ ਵਿੱਚ ਇਹ ਵੈਕੈਂਸੀਜ਼ ਜਿਹੜੀਆਂ ਨੇ ਹਰ ਸਾਲ ਆਊਟ ਹੁੰਦੀਆਂ ਨੇ ਅਗਰ ਤੁਹਾਨੂੰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸਦਾ ਇਹ ਵੈਕੈਂਸੀਜ਼ ਇਗਾ ਤੇ ਬਾਕੀ ਜਿੱਦਾਂ ਹੀ ਆਊਟ ਹੋਣਗੀ ਮੈਂ ਤੁਹਾਨੂੰ ਲੀ ਜ਼ਰੂਰ ਪ੍ਰੋਵਾਈਡ ਕਰਾਵਾਂਗਾ ਤੁਸੀਂ ਇਹਦੇ ਲਈ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪਹਿਲੇ ਤੋਂ ਹੀ ਪੂਰੀ ਰੱਖਣੀ ਹੈ ਬਾਕੀ ਫਿਰ ਵੀ ਕੋਈ ਡਾਊਟ ਹੁੰਦਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਸੋ ਬਾਕੀ ਇਸੇ ਤਰ੍ਹਾਂ ਅਪਕਮਿੰਗ ਵੈਕੈਂਸੀਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਜਿਹੜੀਆਂ ਵੀ ਕਰੰਟ ਵੈਕੈਂਸੀਜ਼ ਚੱਲ ਰਹੀਆਂ ਨੇ ਤੁਸੀਂ ਉਹਨਾਂ ਲਈ ਵੀ ਅਪਲਾਈ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲੀ ਜਾਣਗੇ ਸੋ ਚੈੱਕ ਕਰਕੇ ਅਪਲਾਈ ਕਰਨੇਓ ਇਹ ਸੀਗਾ ਅੱਜ ਦਾ ਅਪਡੇਟ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ